ਗਲੋਬਲ ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਚੰਡੀਗੜ੍ਹ 'ਚ ਬੁੱਧਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਹੋਈ ਹੈ, ਉਸ ਮੀਟਿੰਗ 'ਚ 1600 ਕਰੋੜ ਰੁਪਏ ਦਾ ਪੰਜਾਬ ਦੇ ਲੋਕਾਂ 'ਤੇ ਨਵਾਂ ਬੋਝ ਪਿਆ। ਕਿਹਾ ਜਾਂਦਾ ਕਿ ਡੀਜ਼ਲ ਦੀ ਗੱਲ ਹੈ ਜਾਂ ਪੈਟਰੋਲ ਦੀ ਗੱਲ ਹੈ, ਦੋਨਾਂ 'ਤੇ 1-1 ਰੁਪਿਆ ਸੈਸ। ਜੇ ਦੂਜੇ ਰਾਜਾਂ ਤੋਂ ਖੰਡ ਆਉਣ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਥੋੜ੍ਹੀ ਕੌੜੀ ਹੋ ਗਈ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜਿਹੜਾ ਸਾਰਾ ਪੈਸਾ ਇਸ ਟੈਕਸਿਸ ਤੋਂ ਆਏਗਾ ਉਹ ਅਸੀਂ ਵਿਕਾਸ ਦੇ ਉੱਤੇ ਖਰਚ ਕਰਾਂਗੇ। ਦੂਜੇ ਪਾਸੇ ਰਾਜ ਦੀ ਜਿਹੜੀ ਮੁੱਖ ਵਿਰੋਧੀ ਧਿਰ ਹੈ ਕਾਂਗਰਸ ਪਾਰਟੀ, ਉਸਨੇ ਕੱਲ੍ਹ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਬਰਤਰਫ ਕੀਤਾ ਜਾਵੇ। ਇਹ ਵੀ ਸਹੀ ਹੈ ਕਿ ਇਹਨਾਂ ਦਿਨਾਂ 'ਚ ਮੋਦੀ ਸਰਕਾਰ 1 ਸਾਲ ਪੂਰਾ ਕਰਨ ਲੱਗੀ ਹੈ, ਸ਼ਾਇਦ ਪੰਜਾਬ 'ਚ ਅੱਛੇ ਦਿਨਾਂ ਦੀ ਨਜ਼ਰ ਅਜੇ ਮੋਦੀ ਦੀ ਸਾਨੂੰ ਨਜ਼ਰ ਨਹੀਂ ਆ ਰਹੀ। ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਲਈ ਸਾਡੇ ਜਿਹੜੇ ਵਿਸ਼ੇਸ਼ ਮਹਿਮਾਨ ਨੇ ਜੰਗਵੀਰ ਸਿੰਘ ਜੀ, ਉਪ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ, ਦੂਸਰੇ ਪਾਸੇ ਸਾਡੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਣਾ KP ਸਿੰਘ ਜੀ, ਇਸੇ ਤਰ੍ਹਾਂ ਜਿਹੜਾ ਸੀਨੀਅਰ ਜਰਨਲਿਸਟ ਚੰਡੀਗੜ੍ਹ ਦੇ ਇਸ ਪ੍ਰਾਸ਼ਰ। ਮੈਂ ਤਿੰਨਾਂ ਮਹਿਮਾਨਾਂ ਨੂੰ ਜੀ ਹਾਂ ਆਖਦਾ। ਅੱਜ ਦੀ ਡਾਇਲਾਗ ਜਿਹੜਾ ਹੈਗਾ ਜੰਗਵੀਰ ਜੀ, ਮੈਂ ਤੁਹਾਡੇ ਨਾਲ ਸ਼ੁਰੂ ਕਰਦਾ। ਜਿਹੜਾ ਕਿਹਾ ਗਿਆ ਕਿ ਅੱਜ ਜਿੱਦਾਂ ਮੀਡੀਆ 'ਚ ਵੀ ਆਇਆ, ਇਲੈਕਟ੍ਰੋਨਿਕ 'ਚ ਵੀ, ਪ੍ਰਿੰਟ ਮੀਡੀਆ 'ਚ ਵੀ ਆਇਆ ਕਿ ਕੱਲ੍ਹ ਜਿਹੜੀ ਕੈਬਨਿਟ ਹੋਈ ਆ ਉਹਦੇ 'ਤੇ ਅੰਦਾਜ਼ਨ 1600 ਕਰੋੜ ਰੁਪਏ ਦੇ ਟੈਕਸਿਸ ਜਿਹੜੇ ਹੈਗੇ ਲਗਾਏ ਗਏ ਆ। ਇਹ ਲੱਗਦਾ ਨਹੀਂ ਕਿ ਲੋਕਾਂ ਦੀ ਜੇਬ ਦੇ ਉੱਤੇ ਡਾਇਰੈਕਟ ਸਿੱਧਾ ਬੋਝ ਪਿਆ? ਟੈਕਸਿਸ ਵਰਡ ਆਈ ਥਿੰਕ ਸੈਸ ਵਰਡ ਯੂਜ਼ ਕਰਨਾ ਬੈਟਰ ਰਹੇਗਾ ਜੀ, ਬਿਕੋਜ਼ ਕਈ ਆਪਣਾ ਐਮਰਜੈਂਟ ਇਸ਼ੂ ਸੀਗੇ, ਇੰਕਲੂਡਿੰਗ ਗਵਰਨਮੈਂਟਸ ਕਮਿਟਮੈਂਟ ਕਿ ਅਸੀਂ 100% ਸੀਵਰੇਜ, ਵਾਟਰ ਸਪਲਾਈ ਐਂਡ ਆਲ ਅਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ ਆਲ ਮੇਜਰ ਟਾਊਨਸ ਅਤੇ ਸਿਟੀਜ਼ 'ਚ ਆਪਾਂ ਇਹ ਇਹਨਾਂ ਦਾ ਪ੍ਰਬੰਧ ਕਰਨਾ ਹੈ ਜੀ। ਤਾਂ ਇਸ ਇਸ਼ੂ ਨੂੰ ਦੇਖਦੇ ਹੋਏ ਇਹ ਡਿਸਾਈਡ ਕੀਤਾ ਗਿਆ ਕਿ ਇਹ ਸੈਸ ਲਾਇਆ ਜਾਏ ਜੀ। ਇਸ ਸੰਦਰਭ ਦੇ ਮੱਦੇਨਜ਼ਰ ਤੁਸੀਂ ਸਮਝਦੇ ਹੋ ਕਿ ਟੈਕਸ ਨਹੀਂ ਹੈਗੇ, ਸੈਸ ਜਿਹੜਾ ਹੈਗਾ, ਸੈਸ ਲਾਇਆ ਹੈ ਜੀ ਜੀ। ਰਾਣਾ KP ਜੀ, ਤੁਸੀਂ ਇਸ ਮੁੱਦੇ ਤੇ ਕਿੱਦਾਂ ਦੇਖਦੇ ਹੋ? ਜਿਹੜਾ ਗਵਰਨਮੈਂਟ ਨੇ ਇਹਨਾਂ ਦਾ ਕਹਿਣਾ ਕਿ ਟੈਕਸ ਨਹੀਂ, ਸੈਸ ਲਾਇਆ, ਪਰ ਸਵਾਲ ਤਾਂ ਕਿਸੇ ਵੀ ਰੂਪ 'ਚ ਆਪਾਂ ਦੇਖੀਏ 1600 ਕਰੋੜ ਰੁਪਏ ਦੀ ਗੱਲ ਹੈ ਜਿਹੜਾ ਲੋਕਾਂ ਤੋਂ ਵਸੂਲਿਆ ਜਾਣਾ। ਇਹ ਸ਼ਬਦਾਂ ਦਾ ਹੇਰ ਫੇਰ ਹੈ ਜੀ, ਇਹਨੂੰ ਟੈਕਸ ਕਹਿ ਲਈਏ, ਇਹਨੂੰ ਸੈਸ ਕਹਿ ਲਈਏ, ਜਾਂ ਇਹਦਾ ਕੋਈ ਹੋਰ ਨਾਂ ਰੱਖ ਲਈਏ, ਆਖਰ ਦੇ ਵਿੱਚ ਇਹ ਜਿਹੜਾ ਪੈਸਾ ਹੈ ਪੰਜਾਬ ਦੇ ਪੰਜਾਬੀਆਂ ਦੇ ਜੇਬ ਵਿੱਚੋਂ ਕੱਢ ਕੇ ਸਰਕਾਰ ਆਪਣਾ ਕੰਮ ਚਲਾਉਣਾ ਚਾਹੁੰਦੀ ਹੈ। ਸਾਡਾ ਇਹ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਸਰਕਾਰ ਦਾ ਦਮ ਬਿਲਕੁਲ ਘੁੱਟਿਆ ਹੋਇਆ, ਔਰ ਆਪਣਾ ਦਮ ਘੁੱਟਣ ਦੀ ਵਜ੍ਹਾ ਕਰਕੇ ਇਹ ਅੱਜ ਪੰਜਾਬ ਦੇ ਲੋਕਾਂ ਦਾ ਨੂੰ ਨਿੰਬੂਆਂ ਦੀ ਤਰ੍ਹਾਂ ਨਿਚੋੜ ਰਹੇ ਜੀ। ਜੇ ਪਿਛਲੇ ਜਿਹੜਾ ਇਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਪਿਛਲੇ ਸਮੇਂ ਦੇ ਅੰਦਰ, ਤਮਾਮ ਨਵੇਂ ਕਿਸਮ ਦੇ ਟੈਕਸ ਔਰ ਤਮਾਮ ਜਿੰਨੇ ਟੈਕਸ ਸੀ ਉਹਨਾਂ ਵਿੱਚ ਬੇਮਿਸਾਲ ਵਾਧਾ ਪਿਛਲੇ ਸਮੇਂ ਵਿੱਚ ਇਹਨਾਂ ਨੇ ਕੀਤਾ ਹੈ, ਔਰ ਬੜਾ ਇਹਨਾਂ ਨੇ ਹਰਾ ਹਰਾ ਪੰਜਾਬ ਦੇ ਲੋਕਾਂ ਨੂੰ ਦਿਖਾ ਕੇ ਸਰਕਾਰ ਬਣਾਈ ਸੀ। ਪਿਛਲੇ ਲੋਕ ਸਭਾ ਦੇ ਵਿੱਚ ਬਹੁਤ ਵੱਡੇ ਵੱਡੇ ਵਾਅਦੇ ਮੋਦੀ ਸਾਹਿਬ ਦੇ ਨਾਂ 'ਤੇ ਟਰੱਕ ਦਿਖਾਏ ਸੀ ਕਿ ਦਿੱਲੀ ਤੋਂ ਟਰੱਕ ਨੋਟਾਂ ਦੇ ਆਇਆ ਕਰਨਗੇ, ਲੇਕਿਨ ਮੋਦੀ ਸਾਹਿਬ ਦੀ ਹਕੂਮਤ ਬਣਨ ਤੋਂ ਬਾਅਦ ਤਮਾਮ ਜਿਹੜੀਆਂ ਸੈਂਟਰਲ ਦੀਆਂ ਫਲੈਗਸ਼ਿਪ ਸਕੀਮਾਂ ਸੀ ਲੋਕਾਂ ਨੂੰ ਖੁਆਬ ਦਿਖਾਇਆ ਸੀਗਾ ਕਿ ਟਰੱਕ ਆਣਗੇ ਪੈਸਿਆਂ ਦੇ, ਤੇ ਇਹ ਤੇ ਚਲੋ ਫਿਗਰੇਟਿਵ ਗੱਲ ਹੈ, ਪਰ ਮੈਂ ਕਹਿੰਦਾ ਟਰੱਕਾਂ ਦੇ ਟਰੱਕ ਆਏ ਨੇ। 20,000 ਕਰੋੜ ਦੇ ਰੋਡ ਪ੍ਰੋਜੈਕਟਸ ਗਡਕਰੀ ਸਾਹਿਬ ਨੇ ਸੈਂਟਰ ਨੇ ਪੰਜਾਬ ਵਾਸਤੇ ਓਕੇ ਕੀਤੇ, ਉਹਨਾਂ ਦੇ ਟੈਂਡਰ ਵੀ ਲੱਗ ਗਏ। 20,000 ਕਰੋੜ ਰੁਪਏ ਇਨਫਰਾਸਟ੍ਰਕਚਰ ਤੇ ਪੰਜਾਬ 'ਚ ਖਰਚ ਕੀਤਾ ਜਾ ਰਿਹਾ, ਇਹ ਕੋਈ ਛੋਟੀ ਗੱਲ ਹੈ ਜੀ? ਜੀ, ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਇਲਾਵਾ ਜਿੱਥੋਂ ਤੱਕ ਆਪਣਾ ਅਸੀਂ ਕਹਿੰਦੇ ਵੀ ਦਮ ਘੁੱਟ ਰਹੇ ਹਾਂ ਜਾਂ ਕੁਛ ਕਰ ਰਹੇ ਹਾਂ, ਇਹ ਦਮ ਕਿਹੜੇ ਟੈਕਸ, ਕੋਈ ਟੈਕਸ, ਕਿਹੜਾ ਟੈਕਸ ਹੈਗਾ ਮੈਨੂੰ ਦੱਸੋ ਵੀ, ਕਿਹੜਾ ਟੈਕਸ ਲੱਗਿਆ ਜਿਹੜਾ ਕੋਈ ਸਬਸਟੈਂਸ਼ੀਅਲ ਹੋਏ, ਜਿਹਦੇ ਨਾਲ ਕੋਈ ਸਬਸਟੈਂਸ਼ੀਅਲ ਵਰਕਿੰਗ ਜਿਹੜਾ ਵਰਕਿੰਗ ਪਰਸਨ ਹੈ ਜਾਂ ਟ੍ਰੇਡ ਹੈ ਉਹਨਾਂ ਨੂੰ ਤਾਂ ਅਸੀਂ ਰਾਹਤ ਦਿੱਤੀ ਹੈ, ਇੰਡਸਟਰੀ ਨੂੰ ਰਾਹਤ ਦਿੱਤੀ ਹੈ, ਅਤੇ ਕੋਈ ਐਸ ਸੱਚ ਕੋਈ ਜ਼ਿਆਦਾ ਟੈਕਸ ਜਿਹੜਾ ਸਟਰਕਚਰ ਹੈ ਕੋਈ ਵਧਾਇਆ ਨਹੀਂ। ਇੱਥੋਂ ਤੱਕ ਇਹ ਹੈ ਕਿ ਐਤਕੀ ਪਹਿਲੀ ਵਾਰ ਪੰਜਾਬ ਦੀ ਹਿਸਟਰੀ 'ਚ ਜਿਹੜਾ ਪਾਵਰ ਹੈ, ਪਾਵਰ ਜਿਹੜਾ ਟੈਰਿਫ ਹੈ ਉਹ ਵਧਿਆ ਨਹੀਂ ਜੀ ਜੀ। ਸੋ ਆਪਾਂ ਤਾਂ ਹੁਣ ਰਾਹਤ ਦੇਣ ਵੱਲ ਚੱਲ ਰਹੇ ਹਾਂ, ਆਪਾਂ ਟੈਕਸ ਕਰਨ ਵੱਲ ਨਹੀਂ ਜਾ ਰਹੇ ਜੀ ਜੀ ਜੀ। ਓਕੇ, ਰਾਸ਼ੀ ਬੀਂਗ ਜਰਨਲਿਸਟ, ਤੁਸੀਂ ਕਿਵੇਂ ਦੇਖਦੇ ਹੋ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਇਹ ਜਿਹੜਾ ਕੱਲ੍ਹ ਪੰਜਾਬ ਕੈਬਨਿਟ ਨੇ ਫੈਸਲਾ ਲਿਆ, ਉਹਦੇ ਵਿੱਚ ਜੋ ਵੀ ਨਵੀਂ ਲੈਵੀ ਲੱਗੀ ਹੈ, ਸੈੱਸ ਹੈ, ਜੋ ਵੀ ਹੈ, ਉਹਦਾ ਨਾਂ ਇਹਨਾਂ ਨੇ ਰੱਖਿਆ ਹੈ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੀ ਜੀ ਜੀ। ਯਾਨੀ ਕਿ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਜਿਹੜਾ ਵਿਕਾਸ ਅਤੇ ਬੇਸਿਕ ਇਨਫਰਾਸਟ੍ਰਕਚਰ ਹੈ ਉਹਨੂੰ ਵਿਕਾਸ ਲਈ, ਜੇ ਸੀਵਰੇਜ ਹੋਵੇ, ਸਟਰੀਟ ਲਾਈਟਿੰਗ ਹੋਵੇ, ਗਲੀਆਂ ਹੋਣ ਜੀ ਜੀ, ਉਹਨਾਂ ਲਈ ਉਹ ਸਕੀਮਾਂ ਨੂੰ ਇੰਪਲੀਮੈਂਟ ਕਰਨ ਲਈ ਜਿਹੜੀ ਫੰਡ ਮੋਬਲਾਈਜੇਸ਼ਨ ਇਹਦੇ ਜ਼ਰੀਏ ਕੀਤੀ ਹੈ।
लेकिन मैं समझता है कि इस तो अलावा पंजाब सरकार को कोई चारा कोई नहीं। आप सारे जानते हैं कि पंजाब के खजाने की माली हालत है, ये तनखाह देनिया मुश्किल हुई हुई हैं जी जी। उस तरह भी दूजी गल सरकार जो भी कोई मजबूती दृढ़ता टैक्स लगाती है कोई नवा चलाती है ਉਹ ਇਹਨਾਂ ਦੇ ਨਾਲ ਦਾ ਜਿਹੜਾ ਬੀਜੇਪੀ ਪਾਰਟਨਰ ਹੈ ਉਹ ਉੱਥੇ ਰੌਲਾ ਰੱਪਾ ਪਾਉਣਾ ਚਾਹੁੰਦਾ ਜੀ ਜੀ। ਤਾਂ ਇੱਕ ਤੋਂ ਬਾਅਦ ਕਈ ਇਹੋ ਜਿਹੇ ਟੈਕਸ ਲੱਗੇ ਆ ਜਿਹੜੇ ਇਹਨਾਂ ਨੂੰ ਰੋਲ ਬੈਕ ਕਰਨੇ ਪਏ ਵਾਪਸ ਹੋਏ। ਹੁਣ ਇਹ ਜਿਹੜਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਜਿਹੜੀ ਫੀ ਹੈ ਇਹ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਆਮ ਜਨਤਾ ਤਾਂ ਉਨੀ ਨਹੀਂ ਜਿੰਨੀ ਕਿ ਮੋਟਰ ਵਹੀਕਲ ਯੂਜ਼ਰ ਦੇ ਉੱਤੇ ਲੱਗੀ, ਕਿਉਂਕਿ ਡੀਜ਼ਲ ਤਾਂ ਵਧਿਆ ਹੈ, ਪੈਟਰੋਲ ਤਾਂ ਵਧਿਆ ਹੈ ਜੀ, ਔਰ ਬਿਜਲੀ ਤਾਂ ਵਧਿਆ। ਬਿਜਲੀ ਤਾਂ ਚਲੋ ਜੋ ਹੈ ਸੋ ਹੈ, ਮੇਨ ਜਿਹੜੇ ਹੈ ਜਿਹੜੇ ਸਭਰਾਂਤ ਕ੍ਰਾਂਤੀ ਦੇ ਬੰਦੇ ਹੈ ਉਹੀ ਗੱਡੀਆਂ ਯੂਜ਼ ਕਰਦੇ ਆ, ਉਹੀ ਫਿਊਲ ਯੂਜ਼ ਕਰਦੇ ਆ। ਸੋ ਇਸ ਤਰ੍ਹਾਂ ਦਾ ਇਹ ਸਾਰੇ ਪੰਜਾਬ ਦੇ ਲੋਕਾਂ ਦੇ ਉੱਤੇ ਨਾ ਹੋ ਕੇ ਇੱਕ ਸੈਕਸ਼ਨ 'ਤੇ ਲੱਗਿਆ। ਓਕੇ, ਲੇਕਿਨ ਉਹਦੇ ਜਿਹੜੇ ਪੈਸੇ ਮੋਬਲਾਈਜੇਸ਼ਨ ਹੋਏਗੀ ਉਹ ਜਿਹੜੀ ਇਨਫਰਾਸਟ੍ਰਕਚਰ ਡਿਵੈਲਪਮੈਂਟ 'ਤੇ ਆ। ਮੈਂ ਸਮਝਦਾ ਕਿ ਸਰਕਾਰ ਦੇ ਵਿੱਚ ਇੱਛਾ ਸ਼ਕਤੀ ਦੀ ਘਾਟ ਕਰਕੇ ਇਹਨਾਂ ਨੂੰ ਪਹਿਲੇ ਹਰ ਵਾਰ ਪਿੱਛੇ ਹਟਣਾ ਪਿਆ, ਲੇਕਿਨ ਹੁਣ ਚਾਰਾ ਕਿਉਂ ਨਹੀਂ, ਕਿਉਂਕਿ 2017 ਦੇ ਇਲੈਕਸ਼ਨ ਨੇੜੇ ਆਉਂਦੇ ਜਾ ਰਹੇ। ਓਕੇ, ਰਾਣਾ ਕੇ ਪੀ ਜੀ ਜਿੱਦਾਂ ਇਹਨਾਂ ਨੇ ਕਿਹਾ ਕਿ ਵੀ ਕੋਈ ਟੈਕਸਿਸ ਨਵੇਂ ਨਹੀਂ ਲਾਏ ਗਏ ਜਿਹੜੇ ਹੈਗੇ ਕੋਈ ਲੋਕਾਂ ਦੀ ਡਿਵੈਲਪਮੈਂਟ ਦੇ ਲਈ ਹੈ ਔਰ ਜਿਹੜੇ ਜ਼ਰੂਰੀ ਸੀ। ਬਿਲਕੁਲ ਗਲਤ ਹੈ, 100% ਗਲਤ ਹੈ। ਕੀ ਇਹ ਸੱਚ ਨਹੀਂ ਕਿ ਪੰਜਾਬ ਦੇ ਵਿੱਚ ਮੋਟੇਸ਼ਨ ਲਈ ਇਹਨਾਂ ਨੇ ਨਵੀਂ ਫੀਸ ਰੱਖ ਦਿੱਤੀ? ਕੀ ਇਹ ਸੱਚ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਨਿਸ਼ਾਨਦੇਹੀ ਕਰਾਉਣ ਵਾਸਤੇ ਹੁਣ ਫੀਸਾਂ ਦੇਣੀਆਂ ਪੈਣੀਆਂ? ਕੀ ਇਹ ਸੱਚ ਨਹੀਂ ਆਰਮ ਦੇ ਲਾਇਸੈਂਸ ਬਣਾਉਣ ਵਾਸਤੇ ਕਈ ਗੁਣਾ ਫੀਸ ਕਰ ਦਿੱਤੀ? ਕੀ ਇਹ ਸੱਚ ਨਹੀਂ ਉਸ ਲਾਇਸੈਂਸ ਨੂੰ ਰਿਨਿਊਲ ਕਰਾਉਣ ਵਾਸਤੇ ਕਈ ਗੁਣਾ ਫੀਸ ਕਰ ਦਿੱਤੀ? ਕੀ ਇਹ ਸੱਚ ਨਹੀਂ ਕਿ ਕੇਂਦਰ ਦੇ ਜਿੰਨੇ ਪੈਸੇ ਫਲੈਗਸ਼ਿਪ ਸਕੀਮਾਂ ਦੇ ਤਹਿਤ ਆਉਂਦੇ ਤੇ ਉਹਦੇ ਵਿੱਚੋਂ ਬਹੁਤ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਔਰ ਬਹੁਤ ਸਾਰੀਆਂ ਸਕੀਮਾਂ ਵਿੱਚ ਅੱਧੇ ਤੋਂ ਵੀ ਘੱਟ ਪੈਸੇ ਕੇਂਦਰ ਸਰਕਾਰ ਨੇ ਕਰ ਦਿੱਤੇ? ਅੱਜ ਇਹਨਾਂ ਦਾ ਦਮ ਬਿਲਕੁਲ ਘੁੱਟ ਹੋਇਆ ਹੋਇਆ। ਕਿੱਥੇ ਗਈ ਇਹਨਾਂ ਦੀ ਬੁਲਟ ਟ੍ਰੇਨ? ਕਿੱਥੇ ਗਏ ਇਹਨਾਂ ਦੇ ਹਵਾਈ ਅੱਡੇ ਜਿਹੜੇ ਨਵੇਂ ਬਣਾਉਂਦੇ ਸੀ? ਮੋਦੀ ਹਰ ਇਕੱਠੇ ਨੇ। ਅਸਲ ਗੱਲ ਇਹ ਆ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੇ ਨੇ। ਇਹ ਸੱਪ ਤੇ ਨੇੜੇ ਦਾ ਮੇਲ ਹੈ ਜੀ ਜੀ। ਉਹ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਨੇ, ਇਹ ਆਪਣੀ ਗੱਲ ਕਰਦੇ ਨੇ। ਦੋਨੋਂ ਇੱਕ ਦੂਜੇ ਨੂੰ ਧੋਖੇ ਦੇਣ 'ਚ ਹੈ, ਦੋਨਾਂ ਦਾ ਇੱਕ ਦੂਜੇ 'ਤੇ ਵਿਸ਼ਵਾਸ ਨਹੀਂ। ਜਦ ਤੋਂ ਇਹ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਅਸੀਂ ਅਗਲੀ ਚੋਣ ਇਕੱਠਿਆਂ ਲੜਨੀ ਜਾਂ ਅੱਡ ਅੱਡ ਲੜਨੀ। ਉਹਦੇ ਤਹਿਤ ਕੇਂਦਰ ਨੇ ਇਹਨਾਂ ਨੂੰ ਤਮਾਮ ਜਿਹੜਾ ਪੈਸਾ ਦੇਣਾ ਬੰਦ ਕਰ ਦਿੱਤਾ ਔਰ ਇਸ ਕਰਕੇ ਮਜਬੂਰ ਹੋ ਕੇ ਅੱਜ ਇਹ ਪੰਜਾਬ ਦੇ ਲੋਕਾਂ ਦਾ ਗਲ ਘੁੱਟ ਰਹੇ ਹੈ ਔਰ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫੀ। ਓਕੇ ਰਾਣਾ ਜੀ, ਜੰਗਵੀਰ ਜੀ ਥੋੜ੍ਹਾ ਮੁਸਕਰਾ ਰਹੇ। ਜੰਗਵੀਰ ਜੀ, ਜਦੋਂ ਇਹ ਗੱਲ ਕਹਿੰਦੇ ਮੈਂ ਨਾਲ ਤੁਹਾਡੇ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਡੀ ਗੱਲ 'ਚ ਇਹ ਵੀ ਜਾਣਨਾ ਚਾਹਾਂਗੇ, ਅਸੀਂ ਦਰਸ਼ਕਾਂ ਲਈ ਜਦੋਂ ਆਪਾਂ ਕਹਿੰਦੇ ਕਿ ਵੀ ਆਮ ਲੋਕਾਂ 'ਤੇ ਕੋਈ ਬੋਝ ਨਹੀਂ ਪਾਇਆ, ਜਿੱਦਾਂ ਪ੍ਰਾਸ਼ੀ ਜੀ ਨੇ ਇਸ਼ੂ ਰੇਜ਼ ਕੀਤਾ ਕਿ ਜੇ ਆਪਾਂ ਡੀਜ਼ਲ ਦੀ ਗੱਲ ਕਰਦੇ ਹਾਂ, ਜਿਹੜੇ ਪੰਜਾਬ ਦੇ ਫਾਰਮਰਸ ਹੈਗੇ ਆ ਮੈਕਸੀਮਮ ਟਰੈਕਟਰ ਮਸ਼ੀਨਰੀ ਡੀਜ਼ਲ ਇਸਤੇਮਾਲ ਕਰਦੇ ਆ, ਆਮ ਲੋਕਾਂ ਦੇ ਵੀ ਜਦੋਂ ਕੀਮਤਾਂ ਦੀ ਪ੍ਰਾਈਸ ਰਾਈਜ਼ ਦੀ ਗੱਲ ਕਰੀਏ ਤਾਂ ਡੀਜ਼ਲ ਡਾਇਰੈਕਟਲੀ ਇਫੈਕਟ ਕਰਦੀ ਹੈ। ਜਦੋਂ ਕਿ ਪੰਜਾਬ ਦਾ ਫਾਰਮਰ ਸੁਈਸਾਈਡ ਕਰ ਰਿਹਾ, ਪੰਜਾਬ ਦੇ ਫਾਰਮਰ ਦੀ ਹਾਲਤ ਨਹੀਂ ਮਾੜੀ ਆ, ਖੇਤੀ ਪ੍ਰਧਾਨ ਸੂਬਾ, ਅਸੀਂ ਡੀਜ਼ਲ 'ਤੇ ਸੈਸ ਲਾ ਰਹੇ ਹਾਂ ਤਾਂ ਇਫੈਕਟ ਨਹੀਂ ਕਰੇਗਾ ਇਹ? ਨਹੀਂ, ਦੋ ਇਸ਼ੂਜ਼ ਹੈ ਜੀ। ਇੱਕ ਤਾਂ ਆਪਣਾ ਇਹ ਹੈ ਕਿ ਇਹ ਸਾਈਮਲਟੇਨੀਅਸਲੀ ਆਪਾਂ ਫਾਰਮਰਸ ਨੂੰ ਕੀ ਕੁਝ ਦੇ ਰਹੇ ਹਾਂ ਜੀ। ਪੰਜਾਬ ਇੱਕ ਇਹੋ ਜਿਹਾ ਸਟੇਟ ਹੈ ਜਿੱਥੇ ਫਾਰਮਰ ਨੂੰ ਪਾਵਰ ਜਾਂ ਸਬਸਿਡੀ ਹੈ, ਜਿਹੜਾ ਪਾਣੀ ਹੈ ਉਹ ਫਰੀ ਹੈ। ਇਸ ਤੋਂ ਇਲਾਵਾ ਉਹ ਜਿਹੜੀ ਆਪਣਾ ਸਕੀਮਸ ਹੈਗੀਆਂ ਐਗਰੀਕਲਚਰ ਵਾਸਤੇ ਉਹ ਬੜੀ ਫੋਰਸਫੁਲੀ ਇੰਪਲੀਮੈਂਟ ਹੋ ਰਹੀਆਂ। ਜਿਹੜਾ ਡੀਜ਼ਲ ਸੀ ਪਹਿਲੇ ਪੰਜਾਬ 'ਚ ਸਭ ਤੋਂ ਸਸਤਾ ਹੈ, ਤਾਂ ਇਹ ਇਸ਼ੂਜ਼ ਨੂੰ ਵੀ ਦੇਖ ਕੇ ਤੁਹਾਨੂੰ ਦੇਖਣਾ ਪਏਗਾ ਕਿ ਪਹਿਲੇ ਹੀ ਰੇਟ ਜਿਹੜਾ ਡੀਜ਼ਲ ਦਾ ਸੀ ਪੰਜਾਬ 'ਚ ਸਭ ਤੋਂ ਸਸਤਾ ਸੀਗਾ। ਹਾਂਜੀ, ਦੂਜੀ ਗੱਲ ਇਹ ਕਹਿਣਾ ਚਾਹਾਂਗਾ ਕਿ ਆਪਾਂ ਜਦੋਂ ਗੱਲ ਕਰਦੇ ਹਾਂ, ਦੁਬਾਰਾ ਕੇ ਪੀ ਸਾਹਿਬ ਕਹਿ ਰਹੇ ਸੀ ਕਿ ਕੋਈ ਨਾ ਕੋਈ ਨਵਾਂ ਟੈਕਸ ਮਿਊਟੇਸ਼ਨ ਵਾਸਤੇ ਪੈਸੇ, ਆਮ ਲਾਇਸੈਂਸ ਵਾਸਤੇ ਪੈਸੇ, ਇਹਦੇ ਵਾਸਤੇ ਪੈਸੇ, ਉਹਦੇ ਵਾਸਤੇ ਪੈਸੇ। ਮੈਂ ਇੱਕ ਜਿਹੜਾ ਨਾ ਟੋਟਲ ਗਵਰਨੈਂਸ 'ਚ ਰਿਫੋਰਮ ਆਇਆ ਹੈ, ਉਹ ਰਿਫੋਰਮ ਨੂੰ ਆਪਾਂ ਨੂੰ ਸਟੱਡੀ ਕਰਨਾ ਚਾਹੀਦਾ ਹੈ ਔਰ ਉਹਨੂੰ ਆਈ ਥਿੰਕ ਮੇਰੇ ਹਿਸਾਬ ਨਾਲ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਹੈ। ਜਿਹੜਾ ਪਹਿਲੇ ਸਿਸਟਮ ਸੀਗਾ ਜੀ, ਮੈਂ ਆਪਣਾ ਸਿਸਟਮ ਇਹੋ ਜਿਹਾ ਸੀਗਾ ਕਿ ਕੋਈ ਸਰਟਨਟੀ ਨਹੀਂ ਸੀਗੀ ਕਿ ਤੁਸੀਂ ਕੋਈ ਮਿਊਟੇਸ਼ਨ ਕਰਨਾ ਚਾਹੁੰਦੇ ਹੋ, ਤੁਸੀਂ ਆਮ ਲਾਇਸੈਂਸ ਲੈਣਾ ਚਾਹੁੰਦੇ ਹੋ, ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ, ਤੁਹਾਡੀ ਐਪਲੀਕੇਸ਼ਨ ਕਿੱਥੇ ਹੈ, ਫੋਰਮ ਵੀ ਨਹੀਂ ਮਿਲਦੇ ਸੀਗੇ। ਹੁਣ ਇੱਕ ਟ੍ਰਾਂਸਪੇਰੈਂਟ ਸਿਸਟਮ ਕਰਤਾ ਜਿਹਦੇ 'ਚ ਇੱਕ ਫਿਕਸਡ ਮਨੀ ਹੈ, ਜਿਹੜੇ ਉਹ ਪੈਸੇ ਭਰੋ ਔਰ ਤੁਹਾਨੂੰ ਉਹ ਸਰਵਿਸ ਮਿਲੇਗੀ। ਇਹਦੇ ਨਾਲ ਲੋਕਾਂ ਦਾ ਭਲਾ, ਇਹਦੇ ਨਾਲ ਟ੍ਰਾਂਸਪੇਰੈਂਸੀ ਆ ਗਈ, ਕਰਪਸ਼ਨ ਖਤਮ ਹੋ ਰਹੀ ਹੈ। ਕਰਪਸ਼ਨ ਨੂੰ ਬਹੁਤ ਵੱਡਾ ਆਪਣਾ ਪੋਜ਼ਿਟਿਵ ਸਟੈਪ। ਰਾਣਾ ਜੀ ਇਹਨਾਂ ਦਾ ਕਹਿਣਾ ਕਿ ਪੋਜ਼ਿਟਿਵ ਸਟੈਪ ਜਿਹੜੇ ਹੈਗੇ ਲਏ ਗਏ ਆ, ਨਾ ਕਿ ਇਸ ਤਰੀਕੇ ਦੇ ਨਾਲ ਕਿ ਟੈਕਸ ਜਾਂ ਵੱਖ ਵੱਖ ਜਿਹੜੇ ਏਰੀਆ ਟੈਕਸ ਲੱਗੇ ਆ। ਕਹਿਣਗੇ
लेकिन इन्होंने कहा जगवीर जी ने हमने फरमाया कि पंजाब में डीजल सस्ता है, ये मैं समझना पे गलत बयानी हो गई है। पंजाब च डीजल सस्ता नहीं, हरियाणे च डीजल जरा सस्ता है, हिमाचल च डीजल सस्ता है, उत्तरी भारत के अंदर पंजाब दे विच सब तो ज़्यादा जरा हाईएसट वैट जरा सूबा सरकार लै रही है। इस कारण जितने बॉडर के पेट्रोल पंप है पंजाब के उन्होंने सेल घटी है और नतीजे के तौर पर पंजाब की सरकार का रेवेन्यू भी घटे जी। और साढ़े लोगों जोड़े कारोबारी ने उन्हों का कारोबार से भी माड़ा असर पाया और जोड़ा वाधा इन्होंने हूँ फिर डीजल का जोड़ा किया सीधी मार पंजाब की ट्रांसपोर्ट से पंजाब की किसानी पर पेगी और यदा जो लाभ है वह गुआढ़ी राज्य हो रहा क्योंकि वो इशू यह है कि जोड़ा डीजल का प्राइस है ज्यादातर पंजाब च सब तो सस्ता रहिंदा है। कदे हो सकदा है दो पैसे किसी होर स्टेट दा वध गया घट गया वो चलदा रहिंदा, पर इशू ए है कि असी कोशिश कर रहे हैं कि डीजल दे प्राइसेस पेट्रोल दे प्राइसेस सिमिलर रहे। इशू ते दोबारा आउने हुण वक्त है कि छोटी जी ब्रेक दा, कई होर अहम मुद्दे है जिहड़े असी मेहमानां दे नाल पंजाब नाल जुड़े इशू ते सांझे करांगे, तुसीं इंतजार करो ब्रेक खत्म होण तक। ग्लोबल पंजाब टीवी के दर्शकों का मुड़ एक बार स्वागत है। ब्रेक तो पहले आप चर्चा कर रहे थे कि पंजाब सरकार ने डिवेलपमेंट के मद्देनज़र जोड़े कि स्टैप्स ले है, वो अपनी अपनी राय है सभी। पर आशीष जी इस मुद्दे पर तुम की कहना चाहोगे जो गल हों कि टैक्स लाए गए हैं ज डिवेलपमेंट के लिए किया गया कि ये जरूरी है? गल है कि सरकार का खजाना भरया रहे इसलिए दो तीन मईज बड़े जरूरी होंगे। चलो एडिशनल रिसोर्स मोबिलाइजेशन हो गई, दूजा यह है कि सरकार की जी फजूल खर्ची है उन्होंने बंद किया जाए जी। वो पंजाब दे विच जुबानी तो गल हो जाती है कि जी असी तनखाह नहीं लाएंगे, असी कट नहीं करांगे, असी ये करांगे वो करांगे, लेकिन प्रैक्टिकली कुछ नहीं हो रहा जी। चीफ पार्लीमेंट सैक्टर की फौज है उन्होंने तो आप गड्डियां भी दी हैं, कोठियां भी दी हैं, बाकी टैलीफोन सब सुविधावान, और इतने तक कि पिछे पाए असैम्बली सैशन के इन्होंने सारे वजीर चीफ मिनिस्टर डिप्टी चीफ मिनिस्टर MLA सब दी सैलियां बढ़ाती हैं जी जी। तो फिर इकोनॉमी कितने गई? आप लोगों को कहते हैं कि तुम जी ये आप पूरी कोशिश करते हैं कि बैलेंस हो, बजट हो, कुछ नहीं हो रहा जी जी। ओके प्रशीष जी तुम गल करते हो जंगवीर जी, जो सरकार हूँ तो पूरी बहुमत दे विच है, तुसी धूरी दी सीट जितने तो बाद बिल्कुल कोई गुंजाइश नहीं रहेगी। जिहड़े प्रशीष जी कह रहे हैं कि भी इदा MLAs नूं जां मिनिस्टर नूं गफे देने की गल है, उन्होंने खुश करने की नौबत क्यों आ रही है? गफे वाली गल बिल्कुल हो ही नहीं जी। आप देखिए कि लास्ट तनखा कदों वधी सी और किन्नी वधाई है जी, आई डोंट रिमेंबर एग्जैक्टली हुण किन्नी वधाई है, बट जो मैनू ख्याल है इट इज़ वेरी नॉमिनल जी इनक्रीज, और अजे भी तनखा जी है। विरोधी पार्टियां रूलिंग ग्रुप चाहे अलग अलग राय रखते हैं इस मामले से कट्ठे हो जाते हैं, पर हाँ सैलरी डबल हो गई है जी, डबल है, नॉमिनल नहीं है, CM की सैलरी हैज बीन डबल्ड जी जी। इसी तरह बाकी MLA दी और वाली मिनिस्टर ने सारे की वधी है जी जी। दूजा अपना जो अपना गड्डिया वगैरह का इशू है वो भी काफ़ी देर का साल तो स्ट्रिक्टनेस चल रही है, बहुत एफर्ट ले रहे लिया जा रहा है, गड्डियाँ जी सेल भी है परचेज भी है वो भी बड़ी घट हुई है। सो एफर्ट्स फोन बिल्स का बड़ा एफर्ट है, फोन बिल्स कटाए गए हैं गड्डिया इतों तक कि जी किलोमीटरेज है ईवन वजीर दी होर दी उन्होंने भी चेक होया है एंड वॉलंटरली सब ने कटाया है। ओके ओके भी अंकुश जड़ा है अंकुश नहीं हुआ, वॉलंटरली सब ने कटाया है ओके, कि सब ने एफर्ट लिया है कि अपना एक्सपेंडिचर को कट किया जी 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 जी। राणा जी जी ये गल करते हैं कि भी जो जिदा इकोनमी सैट करने के लिए इन्होंने कोई खर्चे जोड़े है अपने इच्छा के नाल कटाए है, पर जिदा हूँ सरकार ने फैसला लिया और डिवेलपमेंट की गल करते हैं, ये लगता नहीं कि 2017 मद्देनज़र रखद हूँ डिवेलपमेंट की हनेरी चला चाहती है सरकार? नहीं, डिवेलपमेंट तो कोई आदमी खिलाफ नहीं, सरकार डिवेलपमेंट करे असी इस गल का स्वागत करते हैं जी जी, पर ये देखना तो यह है कि अज सूबे दे विच ये जरूरत क्यों पई। मैं फिर उस गल ते आना है, शायद मेरी गल ते तुसी तवज्जो नहीं दिती कि केंद्र सरकार ने जिहड़ा नैशनल जिहड़ा अर्बन डिवेलपमेंट का जिहड़ी स्कीम सी उहदा नाम बदल दिता और उहदे पैसे इन्हां नूं देणे बंद करते, जिहड़ा बहुत सारा पैसा जी। इसे तरीके नाल जिहड़ा नैशनल रूरल हैल्थ मिशन दे जिहड़े पैसे आउंदे सी
ਉਹਦੇ ਪੈਸੇ ਇਹਨਾਂ ਦੇ ਬੰਦ ਕਰ ਦਿੰਦੇ। ਔਰ ਇਸੇ ਤਰੀਕੇ ਨਾਲ ਕੁਛ ਸਕੀਮਾਂ ਐਸੀਆਂ ਸੀ ਜਿਹੜੀਆਂ ਬੜੀਆਂ ਲਾਭਦਾਇਕ ਸੀ, ਆਮ ਆਦਮੀ ਨੂੰ ਪਰਚੇਜ਼ਿੰਗ ਪਾਵਰ ਵੱਧਦੀ ਸੀ ਆਮ ਪਿੰਡ 'ਚ ਬੈਠੇ ਬੰਦੇ ਦੀ, ਉਹ ਕੁਛ ਸਕੀਮਾਂ ਤਾਂ ਉਹਨਾਂ ਨੇ ਬੰਦ ਕਰ ਦਿੱਤੀਆਂ। ਜੇ ਮੈਂ ਪੜ੍ਹ ਕੇ ਸੁਣਾਵਾਂ ਲੰਬੀ ਲਿਸਟ ਹੋ ਜਾਏਗੀ, ਬਹੁਤ ਸਾਰੀਆਂ ਸਕੀਮਾਂ ਬੰਦ ਕਰਤੀਆਂ, ਬਹੁਤ ਸਾਰੀਆਂ ਸਕੀਮਾਂ 'ਚ ਪੈਸਾ ਦੇਣਾ ਬੰਦ ਕਰਤਾ। ਇਸ ਕਰਕੇ ਇਹਨਾਂ ਦਾ ਜਿਹੜਾ ਸਾਹ ਘੁੱਟਿਆ ਗਿਆ, ਇਹ ਉਸ ਪਾਸੇ ਨਹੀਂ ਆਉਂਦੇ ਬਜਾਏ ਲੋਕਾਂ ਦਾ। ਮੇਰੀ ਬੁਲੈਟ ਵੀ ਕੰਪਲੀਟ, ਬਜਾਏ ਲੋਕਾਂ ਦਾ ਗਲ ਘੁੱਟਣ ਦੇ, ਜਿਵੇਂ ਬਾਦਲ ਸਾਹਿਬ UPA ਸਰਕਾਰ 'ਚ ਫੁੱਲਾਂ ਦਾ ਗੁਲਦਸਤਾ ਲੈ ਕੇ ਕਰੋੜਾਂ ਕਰੋੜਾਂ ਰੁਪਈਏ ਕੇਂਦਰ ਤੋਂ ਲੈ ਆਉਂਦੇ ਸੀ ਅਤੇ ਪੰਜਾਬ ਦੀ ਗੱਡੀ ਚੰਗੀ ਚੱਲਦੀ ਸੀ, ਇਹ ਉਸ ਪਾਸੇ ਨੂੰ ਕਿਉਂ ਨਹੀਂ ਸੋਚਦੇ, ਕਿਉਂ ਨਹੀਂ ਉਹਨਾਂ ਨਾਲ ਗੱਲ ਕਰਦੇ? ਇਹ ਭਾਈਵਾਲ ਨੇ ਕੇਂਦਰ ਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਹਕੂਮਤ ਚਲਾ ਰਹੇ ਨੇ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਇਹ ਕਿਉਂ ਅੱਜ ਮਜ਼ਬੂਰ ਹੋਣਾ ਚਾਹੀਦਾ ਜੀ? ਓਕੇ ਓਕੇ ਜੰਗਵੀਰ ਜੀ, ਕਿਉਂ ਮਜ਼ਬੂਰ ਹੈ? ਆਪਣਾ ਇੱਦਾਂ ਇਸ਼ੂ ਇਹ ਹੈ ਕਿ ਆਈ ਕੰਪਲੀਟਲੀ ਡਿਸਐਗਰੀ ਵਿਦ ਦਿਸ ਕੰਟੈਂਸ਼ਨ ਜੀ। ਜਿਹੜੀ ਸਾਰੀ ਫਲੈਗਸ਼ਿਪ ਸਕੀਮਸ ਹੈ ਸਾਰਿਆਂ ਦੇ ਜਿਹੜੇ ਤੁਸੀਂ ਕਹਿ ਰਹੇ ਨਾਂ ਬਦਲਿਆ, ਰੀਓਰੀਐਂਟ ਕੀਤਾ ਜਾ ਰਿਹਾ, ਉਹਨੂੰ ਉਹਨਾਂ ਦੀ ਦੇਖਿਆ ਜਾ ਰਿਹਾ। ਸੋ ਇਹ ਨਹੀਂ ਹੈ ਕਿ ਪੰਜਾਬ ਦਾ ਗੱਲ ਘੁੱਟਿਆ, ਇਹੋ ਜਿਹੀ ਗੱਲ ਹੈ। ਜਿਹੜੀ ਫਲੈਗਸ਼ਿਪ ਸਕੀਮ ਨੂੰ ਦੁਬਾਰਾ ਇਵੈਲਿਊਏਟ ਕੀਤਾ ਜਾ ਰਿਹਾ, ਰੀਲੌਂਚ ਹੋ ਰਹੀ ਹੈ, ਸਾਰਿਆਂ ਵਾਸਤੇ ਹੋ ਰਹੀ ਹੈ, ਸਿਰਫ ਪੰਜਾਬ ਵਾਸਤੇ ਨਹੀਂ ਹੋ ਰਹੀ, ਹਰਿਆਣੇ ਵਾਸਤੇ ਵੀ ਹੋ ਰਹੀ, ਜਿੱਥੇ ਕਾਂਗਰਸ ਗਵਰਨਮੈਂਟਸ ਹੈ ਉੱਥੇ ਵੀ ਹੋ ਰਹੀ ਹੈ, ਇਹ ਪੂਰੇ ਕੰਟਰੀ ਵਾਈਡ ਫੈਨੋਮੇਨਾ ਹੈ। ਸੋ ਇਹ ਕਹਿ ਦੇਣਾ ਕਿ ਪੰਜਾਬ ਵਾਸਤੇ ਸਪੈਸ਼ਲ ਹੋ ਗਿਆ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਜਿੱਥੋਂ ਤੱਕ ਆਪਾਂ ਜੇ ਗੱਲ ਕਰੀਏ ਪੰਜਾਬ ਦੀ, ਜੇ ਆਪਾਂ ਗੱਲ ਕਰੀਏ ਮੋਦੀ ਸਰਕਾਰ ਨੇ ਪੰਜਾਬ ਨੂੰ ਕੀ ਦਿੱਤਾ, ਇੱਥੇ IIM ਆ ਰਿਹਾ ਹੈ, IIT ਆ ਰਹੀ ਹੈ, ਐਗਰੀਕਲਚਰ ਇੰਸਟੀਟਿਊਟਸ ਆ ਰਹੇ ਹੈ, ਸੋ ਮਚ ਇਨਫਰਾਸਟ੍ਰਕਚਰ ਆ ਰਿਹਾ, ਬੜਾ ਕੁਛ ਆ ਰਿਹਾ। ਇਹੋ ਜਿਹੀ ਆਪਾਂ ਗੱਲ ਕਰੀਏ ਕੋਈ ਫਲੈਗਸ਼ਿਪ ਸਕੀਮ ਨੂੰ ਲੈ ਕੇ ਜਿਹੜਾ ਵਿੱਚ ਕੰਸਰਨਸ ਦਾ ਇੰਟਾਇਰ ਕੰਟਰੀ, ਉਹਨੂੰ ਲੈ ਕੇ ਚੱਲੀਏ ਕਿ ਪੰਜਾਬ ਨਾਲ ਇਹ ਹੋ ਗਿਆ। ਓਕੇ, ਮਤਲਬ ਪ੍ਰਸ਼ਨ ਇਹਨਾਂ ਦਾ ਕਹਿਣਾ ਕਿ ਮੋਦੀ ਸਰਕਾਰ ਕਾਫੀ ਪੰਜਾਬ 'ਤੇ ਮਿਹਰਬਾਨ ਹੈਗੀ, ਪਰ ਬੀਂਗ ਜਰਨਲਿਸਟ ਤੁਸੀਂ ਦੇਖਦੇ ਹੋ ਜਿੱਦਾਂ ਪਿਛਲੇ ਦਿਨਾਂ 'ਚ ਕਣਕ ਦੀ ਚੁਕਾਈ ਦੇ ਮੁੱਦੇ ਨੂੰ ਲੈ ਕੇ ਬਹੁਤ ਜ਼ਿਆਦਾ ਰਫੜ ਰਿਹਾ, ਫਾਰਮਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਇਸੇ ਤਰੀਕੇ ਨਾਲ ਪੰਜਾਬ ਨੇ ਜਿਹੜਾ 700 ਕਰੋੜ ਰੁਪਏ ਤੋਂ ਉੱਪਰ ਜਿਹੜਾ ਮੁਆਵਜ਼ੇ ਦੀ ਮੰਗ ਕੀਤੀ ਰਿਲੀਫ ਦੇ ਰੂਪ ਦੇ ਵਿੱਚ, ਉਹਦੀ ਵੀ ਅਜੇ ਤੱਕ ਕੋਈ ਪਿਕਚਰ ਜਿਹੜੀ ਹੈਗੀ ਆ ਜ਼ਿਆਦਾ ਕਲੀਅਰ ਨਹੀਂ। ਹੋਰ ਕਈ ਇਸ਼ੂ ਹੈਗੇ ਆ, ਲੱਗਦਾ ਕਿ ਜਿਹੜੀ ਕੇਂਦਰ ਸਰਕਾਰ ਆ ਪੰਜਾਬ ਦੇ ਮੁੱਦਿਆਂ 'ਤੇ ਫੌਰੀ ਧਿਆਨ ਦਿੰਦੀ ਹੈ। ਜਗਤਾਰ ਜੀ, ਗੱਲ ਇਹ ਹੈ ਕਿ ਪੰਜਾਬ ਸਰਕਾਰ ਦੀ ਮੁਸ਼ਕਲ ਇਹ ਹੈ ਕਿ ਜਦੋਂ ਸੈਂਟਰ ਦੇ ਵਿੱਚ UPA ਸਰਕਾਰ ਸੀ, ਉਹ ਕਾਂਗਰਸ ਪਾਰਟੀ ਪਾਵਰ 'ਚ ਸੀ ਜੀ ਜੀ, ਤਾਂ ਪੰਜਾਬ ਵਾਲੇ ਜਿਹੜੇ ਆ ਨਾ ਉਹ ਜਾ ਕੇ ਦੇ ਕੁਡ ਪਲੇ ਵਿਕਟਮ ਕਿ ਜੀ ਸਾਡੇ ਖਿਲਾਫ਼ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਸਾਨੂੰ ਪੈਸੇ ਧੇਲਾ ਮਿਲ ਨਹੀਂ ਰਿਹਾ, ਤਾਂ ਰੌਲਾ ਰੱਪਾ ਪੈ ਕੇ ਕੁਛ ਪੈਸਾ ਮਿਲ ਜਾਂਦੇ ਸੀ। ਓਕੇ ਓਕੇ, ਹੁਣ ਜਿਹੜੀ ਮੋਦੀ ਸਰਕਾਰ ਆਈ ਹੈ ਉੱਥੇ ਇਹ ਕਾਰਡ ਵਿਕਟਮ ਵਾਲਾ ਉਹ ਚੱਲਦਾ ਨਹੀਂ ਹੈ। ਉਹ ਹੁਣ ਵਾਰ ਵਾਰ ਯੂਨੀਅਨ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ, ਚਾਹੇ ਉਹ ਪੰਜਾਬ 'ਚ ਲੜੇ ਔਰ ਹਾਰ ਗਏ, ਉਹ ਹੁਣ ਉਹਨਾਂ ਨੂੰ ਇਹ ਕਹਿ ਰਹੇ ਹੈ ਜੀ ਕਿ ਤੁਸੀਂ ਆਪਣਾ ਇੱਥੇ ਫਾਈਨੈਂਸ਼ੀਅਲ ਡਿਸਿਪਲਿਨ ਲੈ ਕੇ ਆਓ ਤੁਸੀਂ ਜਿਹੜੇ, ਉਹ ਤਾਂ ਲਾਗੂ ਕਰ ਰਿਹਾ ਲੈ ਕੇ ਆ ਰਿਹਾ, ਉਹ ਨਹੀਂ ਜੀ ਉਹ ਕਿੱਥੇ ਹੋ ਰਿਹਾ, ਉਹ ਇਸ ਤਰ੍ਹਾਂ ਨਹੀਂ ਹੋ ਰਿਹਾ ਜਿਸ ਤਰ੍ਹਾਂ ਦਾ ਉਹ ਚਾਹੁੰਦੇ, ਉਸ ਤਰ੍ਹਾਂ ਨਹੀਂ ਹੋ ਰਿਹਾ ਜੀ। ਫੋਰ ਇੰਸਟੈਂਸ, ਹੁਣ ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹਨੇ ਪੰਜਾਬ ਨੂੰ ਡੈਟ ਸਟ੍ਰੈਸ ਸਟੇਟ ਮੰਨਣ ਤੋਂ ਇਨਕਾਰ ਕਰਤਾ। ਉਹਦੀ ਕੀ ਵਜ੍ਹਾ ਹੈ? ਉਹਦੀ ਮੇਨ ਵਜ੍ਹਾ ਇਹ ਹੈ ਕਿ ਇਹ ਜਿਹੜੇ ਸੀ ਘਾਟੇ ਦੇ ਵਿੱਚ ਆਪਣੇ ਜਿਹੜੇ ਐਗਰੀਕਲਚਰ ਸੈਕਟਰ ਜਾਂ ਪਾਵਰ ਉੱਤੇ ਸਬਸਿਡੀ ਦੇ ਰਹੇ ਹਾਂ, ਫ੍ਰੀ ਬਿਜਲੀ ਪਾਣੀ ਦੇ ਰਹੇ ਹਾਂ, ਉਹ ਵੀ ਖਰਚਾ ਵੀ ਇਹਦੇ ਵਿੱਚ ਸ਼ਾਮਿਲ ਕਰਕੇ ਆਪਣੇ ਆਪ ਨੂੰ ਡੈਟ ਸਟ੍ਰੈਸ ਸਟੇਟ ਕਰ ਰਹੇ ਸੀ ਜੀ। ਉਹ ਸੈਂਟਰ ਵਾਲੇ ਜਾਂ ਫਾਈਨੈਂਸ ਕਮਿਸ਼ਨਰ ਕਹਿੰਦੇ ਜੀ ਇਹਦੇ ਵਿੱਚ ਨਹੀਂ ਹੈ, ਤੁਹਾਡੀ ਸਬਸਿਡੀ ਹੈ, ਇਹ ਤੁਸੀਂ ਕੱਲ੍ਹ ਚਾਹੋ ਤਾਂ ਬੰਦ ਕਰੋ, ਇਹਨੂੰ ਬੰਦ ਕਰਕੇ ਸੀਰੀਅਸ ਮਤਭੇਦ ਹੈ। ਰਾਣਾ ਕੇ ਪੀ ਜੀ, ਜਿਹੜਾ ਹੈਗਾ ਸਾਡੇ ਕੋਲ ਸਮਾਂ ਵੀ ਘੱਟ ਹੈ, ਮੈਂ ਇਹ ਕੁਐਸਚਨ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ। ਕੱਲ੍ਹ ਤੁਹਾਡੀ ਪਾਰਟੀ ਨੇ ਰਾਸ਼ਟਰਪਤੀ ਨੂੰ ਮੈਮੋਰੈਂਡਮ ਦਿੱਤਾ ਕਿ ਪੰਜਾਬ ਸਰਕਾਰ ਬਰਤਰਫ ਕੀਤੀ ਜਾਵੇ। ਤੁਹਾਨੂੰ ਲੱਗਦਾ ਕਿ ਪੰਜਾਬ 'ਚ ਇਹੋ ਜਿਹੀ ਸਿਚੁਏਸ਼ਨ, ਇੱਕ ਪਾਸੇ ਤਾਂ ਕਹਿੰਦੇ ਕਿ ਅਸੀਂ ਫੁੱਲ ਮੈਜੋਰਟੀ 'ਚ ਹਾਂ, ਡੈਮੋਕ੍ਰੇਟਿਕ ਵੇ ਨਾਲ ਸਰਕਾਰ ਚੱਲ ਰਹੇ ਹਾਂ, ਕਿ ਸਰਕਾਰ ਜਿਹੜੀ ਹੈਗੀ ਬਰਤਰਫ ਕੀਤੀ ਜਾਵੇ? ਦੇਖੋ, ਮੈਜੋਰਟੀ 'ਚ ਹੋਣਾ ਇੱਕ ਅਲੱਗ ਇਸ਼ੂ ਹੈ ਜੀ। ਇਸ ਗੱਲ 'ਤੇ ਕੋਈ ਸਾਡਾ ਕੋਈ ਦੋ ਰਾਏ ਨਹੀਂ ਹੈ ਕਿ ਮੈਜੋਰਟੀ 'ਚ ਨਹੀਂ, ਮੈਜੋਰਟੀ 'ਚ ਨਹੀਂ। ਕਿਆ ਮੈਜੋਰਟੀ ਇਸ ਗੱਲ ਦਾ ਅਖਤਿਆਰ ਦਿੰਦੀ ਹੈ ਕਿ ਮੁਕੰਮਲ ਤੌਰ 'ਤੇ ਲਾਅ ਐਂਡ ਆਰਡਰ ਦੀ ਜਿਹੜੀ ਮਸ਼ੀਨਰੀ ਹੈ ਬ੍ਰੇਕਡਾਊਨ ਹੋ ਜਾਵੇ ਜੀ? ਕਿਆ ਇਹ ਮੈਜੋਰਟੀ ਅਖਤਿਆਰ ਦਿੰਦੀ ਹੈ ਕਿ ਜਿਹੜੇ ਦਫ਼ਤਰਾਂ 'ਚ ਬੈਠੇ ਪੁਲਿਸ ਅਫਸਰ ਅਤੇ ਵੱਡੇ ਵੱਡੇ ਜਿਹੜੇ ਸਰਕਾਰ ਦੇ ਅਫਸਰ ਨੇ ਉਹਨਾਂ ਨਾਲ ਇਹਨਾਂ ਦੇ ਜਥੇਦਾਰ ਸਾਹਿਬਾਨ ਜਾ ਕੇ ਕਿਸੇ ਦੀ ਲੱਤ ਤੋੜ ਦਿੰਦੇ ਨੇ, ਕਿਸੇ ਦੀ ਬਾਂਹ ਤੋੜ ਦਿੰਦੇ ਨੇ, ਕਿਸੇ SP ਨੂੰ ਕੁੱਟ ਦਿੰਦੇ ਨੇ, ਕਿਸੇ DSP ਨੂੰ ਕੁੱਟ ਦਿੰਦੇ ਨੇ। ਇੱਕ ਥਾਣੇਦਾਰ ਇਸ ਕਰਕੇ ਮਾਰਿਆ ਗਿਆ ਅੰਮ੍ਰਿਤਸਰ ਦੇ ਵਿੱਚ, ਆਪਣੀ ਧੀ ਦੀ ਰਾਖੀ ਕਰਦਾ ਸੀ। ਦੂਜਾ ਥਾਣੇਦਾਰ ਜਲੰਧਰ ਵਿੱਚ ਇਸ ਕਰਕੇ ਆਪਣੀਆਂ ਲੱਤਾਂ ਤੜਵਾ ਬੈਠਿਆ ਕਿ ਉਹਨੇ ਆਪਣੀ ਧੀ ਨੂੰ, ਕਿਉਂਕਿ ਗੁੰਡੇ ਪਰੇਸ਼ਾਨ ਕਰਦੇ ਸੀ, ਉਹਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਪੰਜਾਬ ਦੀ ਧੀ ਬੱਸ ਵਿੱਚੋਂ ਲਾਹ ਕੇ ਇਹਨਾਂ ਦੀ ਆਪਦੀ ਬੱਸ ਦੇ ਜਿਹੜੇ ਮੁਲਾਜ਼ਮ ਸੀ ਉਹ ਐਡੇ ਜਾਬਰ ਹੋ ਗਏ, ਉਹਨਾਂ ਨੇ ਚੱਕ ਮਾਰੇ। ਅੱਜ ਪੰਜਾਬ ਦੀ ਸਥਿਤੀ ਬਹੁਤ ਖਰਾਬ ਹੈ ਔਰ ਸਾਨੂੰ ਅਫਸੋਸ ਹੈ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਇਆ ਕਰਦੇ ਸੀ, ਅੱਜ ਉਹ ਪ੍ਰਕਾਸ਼ ਸਿੰਘ ਬਾਦਲ ਖੋ ਗਏ
ਅੱਜ ਉਹ ਬਾਦਲ ਨਹੀਂ ਰਹੇ, ਅੱਜ ਪੰਜਾਬ ਓਕੇ ਓਕੇ ਰਾਣਾ ਜੀ, ਮੈਂ ਰਾਣਾ ਜੀ ਬਿਲਕੁਲ ਬ੍ਰੇਕ ਰਾਣਾ ਜੀ, ਇਸ ਤੋਂ ਪਹਿਲਾਂ ਕਿ ਮੈਂ ਜੰਗਵੀਰ ਜੀ ਕੋਲ ਆਵਾਂ, ਮੈਂ ਇਹ ਗੱਲ ਜਾਣਨਾ ਚਾਹੁੰਦਾ ਕਿ ਪੋਲੀਟੀਕਲ ਸਿਸਟਮ 'ਚ ਸਾਡਾ ਇੱਕ ਫੈਸ਼ਨ ਨਹੀਂ ਬਣ ਗਿਆ ਕਿ ਵੀ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਅਸੀਂ ਬਰਤਰਫ ਕਰਨ ਦੀ ਗੱਲ ਕਰਦੇ ਹਾਂ ਉਸ ਇਸ਼ੂ ਦੂਰ ਐਸਾ ਨਹੀਂ, 5 ਸਾਲ ਇਹਨਾਂ ਨੇ ਪਹਿਲਾਂ ਹਕੂਮਤ ਕੀਤੀ ਹੈ, ਅੱਜ ਵੀ ਇਹਨਾਂ ਨੂੰ 3.5 ਸਾਲ ਹੋ ਗਏ, ਮੈਂ ਕਦੇ ਬਰਤਰਫ ਕਰਨ ਦੀ ਪਹਿਲਾਂ ਮੰਗ ਨਹੀਂ ਕੀਤੀ, ਆਈਸੋਲੇਟਡ ਇੰਸੀਡੈਂਟ ਨੂੰ ਲੈ ਕੇ ਇਹਨਾਂ ਨੇ ਜੋ ਇੰਸੀਡੈਂਟ ਦੱਸੇ ਇਹ ਪਿਛਲੇ 2.5-3 ਸਾਲ ਦੇ ਇੰਸੀਡੈਂਟ ਦੱਸੇ, 5 ਇੰਸੀਡੈਂਟ ਦੱਸੇ ਓਵਰ ਅ ਪੀਰੀਅਡ ਆਫ 2.5 ਇਅਰਸ, ਮੈਂ ਸਿਰਫ ਮੈਂ ਇੰਸੀਡੈਂਟ ਜਿਹੜੇ ਇੰਸੀਡੈਂਟ ਹੈ ਵੈਰੀ ਕੰਡੈਮਨੇਬਲ ਉਹਨਾਂ ਦੀ ਗੱਲ ਨਹੀਂ ਕਰਾਂ, ਮੈਂ ਇਹ ਕਹਿਣਾ ਚਾਹੁੰਦਾ ਇਹ ਦੱਸਣ ਪ੍ਰੋਮਪਟ ਐਕਸ਼ਨ ਹੋਇਆ ਕਿ ਨਹੀਂ, ਇਮੀਡੀਏਟ ਐਕਸ਼ਨ ਹੋਇਆ ਕਿ ਨਹੀਂ, ਜੇ ਕੋਈ ਪੁਲਿਸ ਆਫਿਸਰ ਰਿਸਪੋਂਸੀਬਲ ਸੀ ਉਹਨੂੰ ਸੈਕ ਕੀਤਾ ਕਿ ਨਹੀਂ, ਲਾਅ ਐਂਡ ਆਰਡਰ ਕਿਦਾਂ, ਲਾਅ ਐਂਡ ਆਰਡਰ ਆਪਾਂ ਕਿਦਾਂ ਇਵੈਲੂਏਟ ਕਰਦੇ ਹਾਂ, ਲਾਅ ਐਂਡ ਆਰਡਰ ਅਸੀਂ ਤਦ ਇਵੈਲੂਏਟ ਕਰਦੇ ਹਾਂ ਜੇ ਪ੍ਰੋਮਪਟ ਐਕਸ਼ਨ ਹੋਏ, ਡੀਜੀਪੀ ਸਾਹਿਬ ਜੇ ਪ੍ਰੋਮਪਟ ਐਕਸ਼ਨ ਹੋਏ, ਰਿਕਾਰਡ ਹੈ ਅਡੀਸ਼ਨਲ ਡੀਜੀਪੀ ਸਾਹਿਬ ਦੀ ਸਟੇਟਮੈਂਟ ਔਨ ਰਿਕਾਰਡ ਹੈ, ਓਕੇ ਰਾਣਾ ਜੀ, ਸਮੇਂ ਸਿਰ ਕੇਸ ਦਰਜ ਹੋ ਜਾਂਦਾ, ਰਾਣੇ ਥੈਂਕ ਯੂ ਵੈਰ ਮੋਗੇ ਦੇ ਵਿੱਚ, ਥੈਂਕ ਯੂ ਵੈਰ ਪ੍ਰਾਸ਼ਾ ਜੀ, ਮੈਂ ਤੁਹਾਡੇ ਕੋਲੋਂ ਮਾਫੀ ਚਾਹਾਂਗਾ, ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਅਸੀਂ ਮਹਿਮਾਨਾਂ ਦੇ ਨਾਲ ਪੰਜਾਬ ਦੇ ਜਿਹੜੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਹੈ ਕਿ ਕੈਬਨਿਟ 'ਚ ਕੀ ਡਿਸੀਜਨ ਹੋਇਆ, ਮੋਦੀ ਸਰਕਾਰ ਪੰਜਾਬ ਬਾਰੇ ਕਿਸ ਤਰ੍ਹਾਂ ਸੋਚਦੀ ਹੈ, ਇੱਕ ਰਵਾਇਤ ਬਣ ਗਈ ਹੈ ਕਿ ਜਿਹੜੀਆਂ ਸਰਕਾਰਾਂ ਉਹ ਵਿਧਾਨ ਸਭਾਵਾਂ ਦੇ ਅੰਦਰ ਜਦੋਂ ਬਜਟ ਪੇਸ਼ ਹੁੰਦਾ ਤਾਂ ਉਹਦੇ 'ਚ ਟੈਕਸ ਨਹੀਂ ਲਾਉਂਦੀਆਂ, ਤਾਂ ਬਾਅਦ 'ਚ ਉਹ ਟੈਕਸ ਜਿਹੜੇ ਸਾਹਮਣੇ ਆਉਂਦੇ ਆ, ਕਿਸੇ ਨੂੰ ਇਹਦੇ ਬਾਰੇ ਕੋਈ ਜਿਹੜੀ ਕਿ ਦੋ ਰਾਏ ਨਹੀਂ ਹੋ ਸਕਦੀ ਕਿ ਵੱਡੀਆਂ ਬਿਲਡਿੰਗਾਂ ਬਣਨ, 6 ਮਾਰਗੀ ਸੜਕਾਂ ਬਣਨ, ਵੱਡੇ ਵੱਡੇ ਪੁਲ ਬਣਨ, ਪਰ ਇਹ ਗੱਲ ਜ਼ਰੂਰ ਹੈ ਕਿ ਸਰਕਾਰਾਂ ਨੂੰ ਲੋਕਾਂ ਦੀ ਜੇਬ ਦਾ ਵੀ ਧਿਆਨ ਰੱਖਣਾ ਚਾਹੀਦਾ। ਮੋਦੀ ਸਰਕਾਰ ਬਾਰੇ ਮੈਂ ਖਤਮ ਕਰਨ ਤੋਂ ਪਹਿਲਾਂ ਇੱਕੋ ਹੀ ਗੱਲ ਕਹਾਂਗਾ ਕਿ ਉਹ ਜਸ਼ਨਾਂ ਦੇ ਵਿੱਚ ਰੁੱਝੇ ਹੋਏ ਆ, ਸਾਰੇ ਹਿੰਦੁਸਤਾਨ ਦੇ ਵਿੱਚ, ਸ਼ਾਇਦ ਪੰਜਾਬ ਇਸ ਵੇਲੇ ਉਹਨਾਂ ਦੇ ਏਜੰਡੇ 'ਤੇ ਨਹੀਂ ਆ। ਇਹਨਾਂ ਗੱਲਾਂ ਦੇ ਲਈ ਮੈਂ ਜਿਹੜੇ ਸਾਡੇ ਮਹਿਮਾਨ ਸਾਡੇ ਨਾਲ ਅੱਜ ਗੱਲਬਾਤ ਸ਼ਾਮਿਲ ਹੋਇਆ, ਤਿੰਨਾਂ ਦਾ ਧੰਨਵਾਦੀ ਹੈ, ਔਰ ਆਪਣੇ ਦਰਸ਼ਕਾਂ ਲਈ ਸਾਡੇ ਪ੍ਰੋਗਰਾਮ ਦਾ ਪਤਾ ਹੈ ਜਗਤਾਰ ਸਿੱਧੂ @globalpunjabtv.com। ਕੱਲ੍ਹ ਫਿਰ ਕਿਸੇ ਅਹਿਮ ਮੁੱਦੇ ਨੂੰ ਲੈ ਕੇ ਮੈਂ ਤੁਹਾਡੇ ਅੱਗੇ ਹਾਜ਼ਰ ਹੋਵਾਂਗਾ।